ਜਿਵੇਂ ਅੱਜ ਖਾਸ ਕਰਕੇ ਯੂਥ ਦੇ ਨਾਲ ਜਿਹੜੀ ਠੱਗੀ ਵੱਜੀ ਆ, ਨਾ ਤਾਂ ਯੂਥ ਨੂੰ ਕੋਈ ਰੁਜ਼ਗਾਰ ਮਿਲਿਆ, ਕਿਹਾ ਤਾਂ ਬਹੁਤ ਕੁਛ ਗਿਆ ਸੀ ਪਰ ਕੋਈ ਵੀ ਨੌਕਰੀ ਖਾਸ ਕਰਕੇ ਯੂਥ ਲਈ ਨਹੀਂ ਦਿੱਤੀ ਗਈ। ਜੇ ਥੋੜੀਆਂ ਬਹੁਤੀਆਂ ਦਿੱਤੀਆਂ ਗਈਆਂ ਤਾਂ ਉਹ ਵੀ ਬਾਹਰਲੇ ਸੂਬਿਆਂ ਨੂੰ। ਰੁਜ਼ਗਾਰ ਦਾ ਸਭ ਤੋਂ ਵੱਡਾ ਮੁੱਦਾ ਹੁੰਦਾ ਯੂਥ ਲਈ, ਪਰ ਉਹਦਾ ਬੇੜਾ ਗਰਕ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਹੋ ਚੁੱਕਿਆ। ਦੂਜਾ ਹੁੰਦਾ ਸਪੋਰਟਸ, ਜਿਹੜੀਆਂ ਸ਼੍ਰੋਮਣੀ ਅਕਾਲੀ ਸਰਕਾਰ ਵੇਲੇ ਪਿੰਡਾਂ ਦੇ ਵਿੱਚ ਟੂਰਨਾਮੈਂਟ ਹੁੰਦੇ ਸੀ, ਜਿੰਮ ਵੰਡੇ ਜਾਂਦੇ ਸੀ, ਖੇਡ ਕਿੱਟਾਂ ਵੰਡੀਆਂ ਜਾਂਦੀਆਂ ਸੀ, ਪਿੰਡਾਂ ਦੇ ਵਿੱਚ ਗਰਾਊਂਡ ਤਿਆਰ ਕੀਤੇ ਜਾਂਦੇ ਸੀ, ਜਿੰਮਾਂ ਲਈ ਖੁੱਲ੍ਹਾ ਪੈਸਾ ਦਿੱਤਾ ਜਾਂਦਾ ਸੀ। ਅੱਜ ਉਹ ਜ਼ੀਰੋ ਹੈ, ਨਾ ਹੀ ਕੋਈ ਟੂਰਨਾਮੈਂਟ ਹੈ, ਨਾ ਹੀ ਕੋਈ ਕਬੱਡੀ ਵਰਲਡ ਕੱਪ ਹੈ। ਜਿਹੜੇ ਟੂਰਨਾਮੈਂਟ ਚੱਲਦੇ ਸੀ ਉਹ ਵੀ ਸਰਕਾਰ ਨੇ ਬੰਦ ਕਰ ਦਿੱਤੇ ਨੇ, ਅਤੇ ਨਾ ਹੀ ਖਿਡਾਰੀਆਂ ਲਈ ਕੋਈ ਖਾਸ ਕੋਈ ਸਹੂਲਤ ਜਾਂ ਕੋਈ ਯੋਗਦਾਨ ਸਰਕਾਰ ਜਿਹੜੀ ਆ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਪਾ ਰਹੀ ਆ। ਤੀਜਾ ਸਭ ਤੋਂ ਵੱਡਾ ਜਿਹੜਾ ਮੁੱਦਾ ਲੈ ਕੇ ਪੰਜਾਬ ਦੇ ਵਿੱਚ ਸਰਕਾਰ ਆਈ ਸੀ ਕਿ ਜਿਹੜੇ ਲੋਕ ਕਹਿੰਦੇ ਸੀ ਕਿ ਚਿੱਟਾ ਆਪ ਨਹੀਂ ਵਿਕਦਾ ਸਰਕਾਰਾਂ ਵਿਕਾਉਂਦੀਆਂ ਨੇ, ਇਹ ਬਿਆਨ ਪੰਜਾਬ ਦੇ ਮੁੱਖ ਮੰਤਰੀ ਦੇ ਨੇ, ਅੱਜ ਦੇ ਮੁੱਖ ਮੰਤਰੀ ਦੇ ਭਗਵੰਤ ਮਾਨ ਦੇ। ਮੈਂ ਫਿਰ ਰਿਪੀਟ ਕਰ ਰਿਹਾ, ਭਗਵੰਤ ਮਾਨ ਵਾਰ ਵਾਰ ਕਹਿੰਦਾ ਹੁੰਦਾ ਸੀ ਚਿੱਟਾ ਆਪ ਨਹੀਂ ਵਿਕਦਾ ਸਰਕਾਰਾਂ ਵਿਕਾਉਂਦੀਆਂ ਨੇ। ਅੱਜ ਪੰਜਾਬ ਦੇ ਵਿੱਚ ਥਾਂ ਥਾਂ ਜਿਹੜਾ ਚਿੱਟਾ ਵਿਕ ਰਿਹਾ, ਜਿਹੜਾ ਪਿੰਡ ਪਿੰਡ ਮਹੱਲੇ ਤੱਕ ਪੁੜੀਆਂ, ਇੱਥੋਂ ਤੱਕ ਹਾਲਾਤ ਨੇ ਕਿ ਇੱਕ ਲੁਧਿਆਣੇ ਦੇ ਅਖਬਾਰ ਨੇ ਖਬਰ ਲਾਈ ਪਿਛਲੇ ਸਮੇਂ ਦੇ ਵਿੱਚ ਕਿ 3 ਪੁੜੀਆਂ ਦੇ ਨਾਲ 1 ਪੁੜੀ ਫ੍ਰੀ। ਇਹ ਹਾਲਾਤ ਪੰਜਾਬ ਦੇ ਨੇ। ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ 10 ਗੁਣਾ ਵੱਧ ਚੁੱਕੀ ਆ, ਅਤੇ ਨਸ਼ੇ ਦੀ ਗਿਣਤੀ ਕਿੰਨੀ ਵੱਧ ਚੁੱਕੀ ਆ ਇਹ ਤਾਂ ਗਿਣਤੀ ਤੋਂ ਹੀ ਬਾਹਰ ਆ। ਇਹ ਹਾਲਾਤ ਅੱਜ ਪੰਜਾਬ ਦੇ ਬਣੇ ਹੋਏ ਨੇ, ਅਤੇ ਇਹਨਾਂ ਦਾ ਸੁਪਰੀਮੋ ਜਿਹੜਾ ਅੱਜ ਕੱਲ੍ਹ ਦਿੱਲੀ ਦੀ ਜੇਲ੍ਹ ਦੀ ਹਵਾ ਦੇਖ ਰਿਹਾ, ਉਹ ਕਹਿੰਦਾ ਹੁੰਦਾ ਸੀ ਕਿ ਜੇ ਸਰਕਾਰਾਂ ਸੁਹਿਰਦ ਹੋਣ ਤਾਂ 2 ਹਫ਼ਤੋਂ ਮੈਂ ਨਸ਼ਾ ਬੰਦ ਹੋ ਸਕਦਾ ਹੈ, ਪਰ 2 ਸਾਲ ਹੋ ਗਏ ਇੱਕ ਥਾਂ ਵੀ ਨਸ਼ਾ ਬੰਦ ਨਹੀਂ ਕਰ ਸਕੇ। ਕਿਹੜੀ ਇਹਨਾਂ ਨੇ ਕੋਈ ਵੱਡੀ ਕਾਰਵਾਈ ਕੀਤੀ, ਕਿਹੜੇ ਏਰੀਆ ਜਾਂ ਕਿਹੜੇ ਮਹੱਲੇ ਦੇ ਵਿੱਚ ਨਸ਼ਾ ਰੋਕ ਲਿਆ, ਉਹ ਬਿਲਕੁਲ ਫੇਲ ਹੋ ਚੁੱਕੇ ਨੇ। ਸੋ ਇਹ ਤੋਂ ਸਾਬਤ ਹੁੰਦਾ ਕਿ ਇਹ ਇਹਦੇ ਆਪਣੇ ਬਿਆਨ ਨੇ ਕਿ ਚਿੱਟਾ ਆਪ ਨਹੀਂ ਵਿਕਦਾ ਸਰਕਾਰਾਂ ਵਿਕਾਉਂਦੀਆਂ, ਦਾ ਮਤਲਬ ਸਰਕਾਰ ਵਿਕਾਰੀ ਹੁਣ ਕਲੀਅਰ ਆ, ਇਹਦਾ ਮਤਲਬ ਸਰਕਾਰਾਂ ਸੁਹਿਰਦ ਨਹੀਂ ਹੈਗੀਆਂ ਨਸ਼ੇ ਲਈ, ਅਤੇ ਭ੍ਰਿਸ਼ਟਾਚਾਰ ਉਹਦਾ ਪੂਰਾ ਬੋਲਬਾਲਾ। ਸੋ ਪੰਜਾਬ ਦੇ ਹਾਲਾਤ ਬੜੇ ਤਰਸਯੋਗ ਹੋਏ ਪਏ ਨੇ। ਜੇ ਗੱਲ ਕਰੀਏ ਚੰਡੀਗੜ੍ਹ ਦੀ, ਤਾਂ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੇ ਸਮੇਂ 'ਚ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ, ਉਹਦੇ 'ਚ ਬੜੇ ਪੰਥ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੀ ਭਾਈਚਾਰਕ ਸਾਂਝ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸਮੁੱਚੀ ਸੀਨੀਅਰ ਲੀਡਰਸ਼ਿਪ ਇੱਕ ਮੁੱਦੇ 'ਤੇ ਪੰਜਾਬ ਵਿੱਚ ਚੋਣ ਲੜਨ ਜਾ ਰਹੇ ਨੇ, ਪੰਥਕ ਏਜੰਡੇ 'ਤੇ, ਪੰਜਾਬ ਦੇ ਏਜੰਡੇ 'ਤੇ, ਪੰਜਾਬ ਦੀ ਭਾਈਚਾਰਕ ਸਾਂਝ ਦੇ ਏਜੰਡੇ 'ਤੇ, ਪੰਜਾਬੀਅਤ ਦੇ ਏਜੰਡੇ 'ਤੇ। ਅਤੇ ਜਦੋਂ ਦਾ ਉਹ ਮਾਹੌਲ ਬਣਨਾ ਸ਼ੁਰੂ ਹੋਇਆ, ਪਿਛਲੇ ਸਮੇਂ ਦੇ ਵਿੱਚ ਪਹਿਲੀ ਵਾਰ ਚੰਡੀਗੜ੍ਹ ਦੀ ਰਾਜਧਾਨੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇਕੱਲਿਆਂ ਚੋਣ ਲੜੀ। ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਤਿਕਾਰਯੋਗ ਹਰਦੀਪ ਸਿੰਘ ਬਟੇਲਾ ਜੀ ਬੈਠੇ ਨੇ, ਇਹ ਆਪ ਕੌਂਸਲਰ ਬਣੇ ਅਤੇ 15 ਤੋਂ ਵੱਧ ਸੀਟਾਂ 'ਤੇ ਚੋਣ ਲੜੀ, ਅਤੇ ਥੋੜ੍ਹੇ ਥੋੜ੍ਹੇ ਫਰਕ ਨਾਲ ਸਾਡੇ ਕਈ ਨੌਜਵਾਨ ਹਾਰੇ।
ਸਾਡੇ ਯੂਥ ਦੇ ਪ੍ਰਧਾਨ ਇਹਨਾਂ ਨੇ ਵੀ ਚੋਣ ਲੜੀ ਸੀ ਅਤੇ ਬਹੁਤ ਥੋੜ੍ਹੇ ਫਰਕ ਦੇ ਨਾਲ ਇਹ ਰਹਿ ਗਏ ਸੀ। ਪਰ ਜਦੋਂ ਦਾ ਹੁਣ ਮਾਹੌਲ ਪੰਜਾਬ ਦਾ ਬਣ ਲੱਗਿਆ, ਮੈਂ ਸਮਝਦਾ ਕਿ ਚੰਡੀਗੜ੍ਹ ਵਰਗਾ ਸ਼ਹਿਰ ਜਿੱਥੇ ਹਰ ਵਰਗ, ਹਰ ਕੈਟਾਗਰੀ ਅਤੇ ਖਾਸ ਕਰਕੇ ਪੜ੍ਹਿਆ ਲਿਖਿਆ ਵਰਗ ਸਟੇਟ ਦੀ ਰਾਜਧਾਨੀ ਦੇ ਵਿੱਚ ਰਹਿੰਦਾ ਹੋਵੇ ਅਤੇ ਉੱਥੋਂ ਬਹੁਤ ਵੱਡੇ ਪੱਧਰ 'ਤੇ ਨੌਜਵਾਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਕੇ, ਇਹ ਕਹਿਣਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਮੰਚ 'ਤੇ ਸਟੇਜ 'ਤੇ ਆ ਕੇ ਕੰਮ ਕਰਨਾ ਚਾਹੁੰਦੇ ਹਾਂ, ਸ਼੍ਰੋਮਣੀ ਅਕਾਲੀ ਦਲ ਦੀ ਜੁਆਇਨਿੰਗ ਕਰਨਾ ਚਾਹੁੰਦੇ ਹਾਂ, ਇਹ ਸੰਪੂਰਨ ਰੂਪ ਦੇ ਵਿੱਚ ਮੈਂ ਸਮਝਦਾ ਕਿ ਪੂਰੀ ਪੰਜਾਬ ਸਟੇਟ ਦੇ ਵਿੱਚ ਵੱਡਾ ਮੈਸੇਜ ਆ, ਬਹੁਤ ਵੱਡਾ ਮੈਸੇਜ ਆ। ਇਹ ਸਿਰਫ ਸ਼ੁਰੂਆਤ ਹੈ। ਧੰਨਵਾਦ ਕਰਦਾ ਮੈਂ ਹਰਦੀਪ ਸਿੰਘ ਪਟੇਲਾ ਜੀ ਦਾ ਕਿ ਇਹਨਾਂ ਦੀ ਅਗਵਾਈ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਾਰ ਵਾਰ ਬੂਥ ਪੱਧਰ ਤੱਕ ਮਜ਼ਬੂਤ ਹੋਣ ਲਈ ਕਮਰ ਕਸੇ ਕਸ ਰਿਹਾ। ਅੱਜ ਇਹ ਮਾਹੌਲ ਨੂੰ ਦੇਖਦੇ ਹੋਏ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਜੇ ਚੰਡੀਗੜ੍ਹ ਵਰਗੇ ਸ਼ਹਿਰ ਦਾ ਯੂਥ ਆ ਜਿਹੜਾ ਉਹ ਆਸ ਦੀ ਕਿਰਨ ਵੱਲ ਦੇਖ ਰਿਹਾ, ਜੇ ਅੱਜ ਚੰਡੀਗੜ੍ਹ ਦੇ ਨੌਜਵਾਨ ਇੱਕ ਆਸ ਆ ਜਿਹੜੀ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਵੱਲ ਦੇਖ ਰਹੇ ਨੇ, ਤਾਂ ਤੁਸੀਂ ਸਮਝ ਸਕਦੇ ਹੋ ਕਿ ਪੰਜਾਬ ਦਾ ਮਾਹੌਲ ਕੀ ਆ। ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਵਿੱਚ 1 ਫਰਵਰੀ ਤੋਂ ਚੱਲ ਰਹੀ ਆ ਅਤੇ ਮੈਂ ਲਗਭਗ ਯਾਤਰਾ ਵਿੱਚ ਹਰ ਰੋਜ਼ ਉਹਦੇ ਨਾਲ ਹੁੰਦਾ। ਸੋ ਜਿਹੜਾ ਮਾਹੌਲ ਉਹ ਯਾਤਰਾ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਜੇ ਮੈਂ ਬਿਆਨ ਕਰਾਂ ਤਾਂ ਥੋੜ੍ਹਾ ਬਿਆਨ ਕਰ ਸਕਦਾ, ਕਿਉਂਕਿ ਜੋ ਦੇਖ ਕੇ ਮਹਿਸੂਸ ਉੱਥੇ ਹੁੰਦਾ ਪਤਾ ਲੱਗਦਾ ਕਿ ਕਿਵੇਂ ਪਿੰਡਾਂ ਦੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਸਵਾਗਤ ਕਰ ਰਹੀਆਂ ਕੋਠਿਆਂ 'ਤੇ ਚੜ੍ਹ ਕੇ, ਰਾਹਾਂ ਦੇ ਵਿੱਚ ਗੱਡੀਆਂ ਰੋਕ ਰੋਕ ਕੇ, ਕਿਵੇਂ ਮਜ਼ਦੂਰ ਵਰਗ ਖੇਤਾਂ ਵਿੱਚੋਂ ਆ ਕੇ, ਕਿਵੇਂ ਕਿਸਾਨ ਮੁਲਾਜ਼ਮ ਵਰਗ ਨੌਜਵਾਨ ਵਰਗ, ਉਹ ਕਿਹੜਾ ਵਰਗ ਹੈ ਜਿਹੜਾ ਉਸ ਯਾਤਰਾ ਦੇ ਵਿੱਚ ਸ਼ਮੂਲੀਅਤ ਨਹੀਂ ਕਰ ਰਿਹਾ। ਉਹ ਸਪਸ਼ਟ ਜਿਹੜਾ ਸੰਕੇਤ ਹੈ ਉਹ ਦਿਖ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਆਸ ਪੰਜਾਬੀ ਰੱਖੀ ਬੈਠੇ ਨੇ ਕਿ ਜਿਹੜੀਆਂ ਠੱਗੀਆਂ ਕਦੇ 17 'ਚ ਘਰ ਘਰ ਨੌਕਰੀ ਦੇ ਨਾਂ 'ਤੇ, ਕਦੇ 22 'ਚ ਬਦਲਾਅ ਦੇ ਨਾਂ 'ਤੇ, ਉਹ ਜਿਹੜੀ ਠੱਗੀ ਹਰ ਵਰਗ ਨਾਲ ਵੱਜੀ ਉਹ ਠੱਗੀ ਦਾ ਮੈਂ ਸਮਝਦਾ ਕਿ ਬਦਲਾ ਲੈਣ ਲਈ ਪੰਜਾਬੀਆਂ ਨੂੰ ਇੱਕੋ ਮੰਚ ਦਿਖਦਾ ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਕਿਹਾ ਉਹ ਕੀਤਾ ਅਤੇ ਜੋ ਕਹਿੰਦੇ ਨੇ ਉਹ ਕਰਦੇ ਨੇ। ਇਹ ਪੰਜਾਬ ਦੇ ਬੱਚੇ ਬੱਚੇ ਦੀ ਜ਼ਬਾਨ 'ਤੇ ਆ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਪਾਰਟੀ ਆ ਜਿਹੜੀ ਪੰਜਾਬ ਅਤੇ ਪੰਜਾਬੀ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਅਤੇ ਤਰੱਕੀ ਲਈ ਲੜਦੀ ਆ, ਹੱਕਾਂ ਲਈ ਖੜਦੀ ਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਮਕਸਦ ਇਕੱਲਾ ਸਰਕਾਰਾਂ ਬਣਾਉਣਾ ਨਹੀਂ, ਸ਼੍ਰੋਮਣੀ ਅਕਾਲੀ ਦਲ ਦਾ ਮਕਸਦ ਪੰਜਾਬ ਅਤੇ ਪੰਜਾਬੀ ਦੀ ਪਹਿਰੇਦਾਰੀ ਕਰਨਾ। 100 ਸਾਲ ਦਾ ਇਤਿਹਾਸ ਆ ਸ਼੍ਰੋਮਣੀ ਅਕਾਲੀ ਦਲ ਦਾ। ਜੇ ਪੂਰਨ ਬਹੁਮਤ ਦੇ ਵਿੱਚ ਸਰਕਾਰਾਂ ਦੀ ਗੱਲ ਕਰੀਏ, ਰਾਜ ਭਾਗ ਦੀ ਗੱਲ ਕਰੀਏ, ਤਾਂ 100 ਸਾਲ ਦੇ ਵਿੱਚ ਕੇਵਲ 15 ਸਾਲ 97 ਤੋਂ 2 ਤੱਕ, 7 ਤੋਂ 17 ਤੱਕ 15 ਸਾਲ 5-5 ਸਾਲ ਲਈ ਰਾਜ ਕੀਤਾ। ਪਰ ਉਹ 15 ਸਾਲ ਦਾ ਜੇ ਤੁਸੀਂ ਲੇਖਾ ਜੋਖਾ ਜਦੋਂ ਦਾ ਦੇਸ਼ ਆਜ਼ਾਦ ਹੋਇਆ 70 ਸਾਲ ਨਾਲ ਤੋਲੋਂਗੇ ਤਾਂ 55 ਸਾਲ ਦੇ ਵਿੱਚ ਉਹ ਕੁਝ ਨਹੀਂ ਹੋਇਆ ਜੋ 15 ਸਾਲ ਦੇ ਵਿੱਚ ਕਰਕੇ ਦਿਖਾਇਆ। ਇਹ ਫਰਕ ਹੈ, ਭਾਵਾਂ ਐਜੂਕੇਸ਼ਨ ਹੋਵੇ, ਭਾਵਾਂ ਐਸੀ ਭਾਈਚਾਰੇ ਲਈ ਸਕੀਮਾਂ ਹੋਣ, ਭਾਵਾਂ ਡਿਵੈਲਪਮੈਂਟ ਹੋਵੇ। ਅੱਜ ਪੰਜਾਬ ਦੀ ਕਿਸੇ ਵੀ ਗਲੀ ਨਾਲੀ ਨੂੰ ਲੰਘ ਜਾਓ, ਕਿਸੇ ਗਲੀ 'ਤੇ ਮੋਟਰਸਾਈਕਲ ਲੈ ਜਾਓ ਤਾਂ ਉਹ ਗਲੀ ਜਿਹੜੀਆਂ ਟੈਲਾਂ ਲੱਗੀਆਂ ਹੋਈਆਂ ਨੇ ਅਕਾਲੀ ਦਲ ਬੋਲਦੀਆਂ ਨੇ। ਕਿਸੇ ਵੀ ਸੜਕ 'ਤੇ ਸਾਰੀ ਸਤਿਕਾਰਯੋਗ ਪ੍ਰੈਸ ਬੈਠੀ ਹੈ,
ਤੁਸੀਂ ਵੀ ਸਾਰੇ ਪੰਜਾਬ 'ਚ ਘੁੰਮਦੇ ਹੋ, ਕਿਸੇ ਵੀ ਸੜਕ ਤੋਂ ਲੰਘ ਜਾਓ ਚੰਡੀਗੜ੍ਹ ਤੋਂ, ਇੱਕ ਸੜਕ ਕੋਈ ਹੋਰ ਕਹਿ ਦੇਵੇ ਕਿ ਕਿਸੇ ਇੱਟ ਵੀ ਲਾਈ ਹੋਵੇ, ਇੱਕ ਫੁੱਟ ਵੀ ਬਣਾਇਆ ਹੋਵੇ, ਸਾਰੀਆਂ ਸੜਕਾਂ ਦਾ ਜਾਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਦੂਰਅੰਦੇਸ਼ੀ ਸੋਚ ਵਿੱਚ ਬਣਿਆ। ਜੇ ਦੇਸ਼ ਸਟੇਟ ਦੀ ਤਰੱਕੀ ਕਰਨੀ ਆ, ਜੇ ਸਾਰੇ ਕਿਸੇ ਏਅਰਪੋਰਟ 'ਤੇ ਜਾ ਕੇ ਤੁਸੀਂ ਖੜ੍ਹ ਜਾਓ ਪਾਸਪੋਰਟ ਲੈ ਕੇ, ਤਾਂ ਇਕੱਲਾ ਇਕੱਲਾ ਏਅਰਪੋਰਟ ਗਵਾਹੀ ਭਰਦਾ ਸ਼੍ਰੋਮਣੀ ਅਕਾਲੀ ਦਲ। ਜੇ ਕਿਸਾਨਾਂ ਦੀ ਗੱਲ ਕਰ ਲਓਗੇ ਤਾਂ 25 ਸਾਲ ਤੋਂ ਵੱਧ ਜੇ ਬਿੱਲ ਮਾਫ਼ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ। ਸੋ ਕਹਿਣ ਦਾ ਮਤਲਬ, ਜੇ ਮੈਂ ਗਿਣਤੀਆਂ ਗਣਾਉਣ ਲੱਗ ਜਾਂ, ਛਾਤੀ 'ਤੇ ਹੱਥ ਮਾਰ ਕੇ ਕਹੀਦਾ, ਜੋ ਕਿਹਾ ਉਹ ਕਰਕੇ ਦਿਖਾਇਆ, ਜੋ ਨਹੀਂ ਕਿਹਾ ਉਹ ਵੀ ਕਰਕੇ ਦਿਖਾਇਆ। ਇਹ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸੋਚ ਅਤੇ ਪੰਜਾਬ ਅਤੇ ਪੰਜਾਬੀਅਤ ਲਈ ਪਿਆਰ। ਸੋ ਇਸ ਲਈ ਮੈਂ ਸਮਝਦਾ ਕਿ ਉਹ ਡਿਵੈਲਪਮੈਂਟ ਦੇ ਮਾਡਲ ਨੂੰ ਦੇਖਦੇ ਹੋਏ, ਭਾਈਚਾਰਕ ਸਾਂਝ ਦੇ ਮਾਡਲ ਨੂੰ ਦੇਖਦੇ ਹੋਏ, ਅੱਜ ਚੰਡੀਗੜ੍ਹ ਵਰਗੇ ਸ਼ਹਿਰ ਵਿੱਚੋਂ ਨੌਜਵਾਨ ਨੇ, ਜਿਹੜੇ ਮੈਂ ਧੰਨਵਾਦ ਕਰਦਾ ਸਾਰੇ ਨੌਜਵਾਨਾਂ ਦਾ, ਜਿਹੜੇ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਨ ਲੱਗੇ ਨੇ, ਕਿਉਂਕਿ ਤੁਹਾਡਾ ਇੱਕ ਭਰੋਸਾ ਹੈ ਕਿ ਜੇ ਪੰਜਾਬ ਦੀ ਨੁਹਾਰ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਬਦਲ ਸਕਦੇ ਨੇ, ਤਾਂ ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਚੰਡੀਗੜ੍ਹ ਦੇ ਮੁੱਦੇ ਨੇ, ਜਿਹੜੀਆਂ ਚੰਡੀਗੜ੍ਹ ਦੇ ਵਿੱਚ ਵੀ ਜਿਹੜੀਆਂ ਬਹੁਤ ਕੰਮ ਨੇ ਜਿਹੜੇ ਹੋਣ ਵਾਲੇ ਨੇ, ਜਿਹੜੇ ਚੰਡੀਗੜ੍ਹ ਦੇ ਨਾਲ ਵੱਸਦੇ ਪਿੰਡ ਨੇ, ਜਿਹੜੀ ਉਹਨਾਂ ਦੀ ਆਸ ਦੀ ਕਿਰਨ ਹੈ, ਉਹ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ। ਤਾਂ ਹੀ ਉਹ ਅੱਜ ਵੱਖ ਵੱਖ ਪਾਰਟੀਆਂ ਤੋਂ ਨੌਜਵਾਨ ਨੇ, ਜਿਹੜੇ ਆਪਣੇ ਪੂਰੇ ਸਾਥੀਆਂ ਦੇ ਨਾਲ, ਪੂਰੇ ਪਰਿਵਾਰ ਗਰੁੱਪਾਂ ਦੇ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੁਆਇਨਿੰਗ ਕਰਨ ਲੱਗੇ ਨੇ, ਜਿਨ੍ਹਾਂ ਦੇ ਵਿੱਚ ਸਾਡੇ ਆਕਾਸ਼ਦੀਪ ਸਿੰਘ ਜੀ, ਆਕਾਸ਼ ਜੀ ਜਿਹੜੇ BSP ਦੀ ਜਿਹੜੀ ਆ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਇੱਧਰ ਨੇੜੇ ਆ ਜਾਓ ਜੁਆਇਨ ਕਰਨ ਲੱਗੇ ਨੇ। ਬਾਕੀ ਤੁਹਾਨੂੰ ਡਿਟੇਲ ਜਾਣਕਾਰੀ ਬਟੇਲਾ ਸਾਹਿਬ ਹੋਰ ਦੇਣਗੇ ਚੰਡੀਗੜ੍ਹ ਬਾਰੇ। ਹਰਸਿਮਰਨ ਸਿੰਘ ਜੀ ਕਾਂਗਰਸ ਪਾਰਟੀ ਛੱਡ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਆਪਣੀ ਪੂਰੀ ਟੀਮ ਦੇ ਨਾਲ, ਇਹ ਉਹ ਨੌਜਵਾਨ ਨੇ ਜਿਹੜੇ ਇਕੱਲੇ ਨਹੀਂ, ਜਿਨ੍ਹਾਂ ਦੇ ਮਗਰ ਕਾਫਲੇ ਚੱਲਦੇ ਨੇ, ਅਤੇ ਆਸ ਦੀ ਕਿਰਨ ਸ਼੍ਰੋਮਣੀ ਅਕਾਲੀ ਦਲ ਤੋਂ ਰੱਖ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਫੜਨ ਲੱਗੇ ਨੇ। ਸਰਨਜੀਤ ਸਿੰਘ ਜੀ ਜਿਹੜੇ BJP ਦੇ ਵਿੱਚ ਯੂਥ ਦੇ ਲੀਡਰ ਰਹੇ ਨੇ, ਯੂਥ ਦੇ ਚਿਹਰੇ ਰਹੇ ਨੇ ਸਰਨਜੀਤ ਸਿੰਘ ਜੀ, ਉਹ ਅੱਜ BJP ਪਾਰਟੀ ਨੂੰ ਛੱਡ ਕੇ ਪੂਰੀ ਟੀਮ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਇਹ ਨੌਜਵਾਨਾਂ ਨੂੰ ਮੈਂ ਵਿਸ਼ਵਾਸ ਦਿਵਾਉਂਦਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ, ਪੂਰੀ ਸਮੁੱਚੀ ਸੀਨੀਅਰ ਲੀਡਰਸ਼ਿਪ ਵੱਲੋਂ, ਕਿ ਤਕੜੇ ਹੋ ਕੇ ਪਾਰਟੀ ਦਾ ਝੰਡਾ ਚੱਕ ਕੇ ਵਾਰ ਵਾਰ ਤੱਕ ਜਾ ਕੇ ਚੰਡੀਗੜ੍ਹ ਦੇ ਵਿੱਚ ਚੱਲੀਏ। ਜੋ ਵੀ ਸ਼੍ਰੋਮਣੀ ਅਕਾਲੀ ਦਲ ਦਾ ਜੀ ਇੱਕ ਕੌਂਸਲਰ ਹੈ, ਤੁਸੀਂ ਇਹਦੀ ਵਾਰਡ ਵਿੱਚ ਜਾ ਕੇ ਦੇਖੋ ਪਟੇਲਾ ਸਾਹਿਬ ਦੀ, ਸਾਰੇ ਚੰਡੀਗੜ੍ਹ ਦੇ ਵਿੱਚ ਗੱਲਾਂ ਹੁੰਦੀਆਂ ਨੇ, ਕਿਉਂਕਿ ਦਿਨ ਰਾਤ ਮਿਹਨਤ ਕਰ ਰਹੇ ਨੇ। ਬਾਕੀ ਮੈਂ ਸਾਰੇ ਆਏ ਹੋਏ ਨੌਜਵਾਨਾਂ ਦਾ ਸਵਾਗਤ ਕਰਦਾ, ਜੀਆਂ ਆਖਦਾ, ਬਾਕੀ ਗੱਲ ਬਾਅਦ 'ਚੋਂ ਕਰਾਂਗੇ। ਮੈਂ ਬਟੇਲਾ ਸਾਹਿਬ ਨੂੰ ਬੇਨਤੀ ਹੈ ਕਿ ਥੋੜ੍ਹੀ ਤੁਸੀਂ ਵੀ ਜਾਣਕਾਰੀ ਦੇ ਦਿਓ। ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ। ਚੰਡੀਗੜ੍ਹ ਬਾਰੇ ਅਸੀਂ, ਪ੍ਰਧਾਨ ਜੀ ਨੇ ਵੀ ਕਾਫ਼ੀ ਕੁਝ ਦੱਸਿਆ, ਮੈਂ ਵੀ ਦੱਸਣ ਜਾਂਦਾ ਤੁਹਾਨੂੰ ਕਿ ਜਿਹੜਾ ਚੰਡੀਗੜ੍ਹ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਹੋਏਗਾ ਜਿਹੜਾ MP ਦੀ ਚੋਣ ਅਲੱਗ ਲੜੇਗਾ। ਅੱਜ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਹੀ ਚੋਣ ਲੜਿਆ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਹੀ ਰਿਹਾ ਹੈ। ਅਸੀਂ ਪਿਛਲੇ ਦਿਨੀ ਜਿਹੜੀ ਨਗਰ ਨਿਗਮ ਦੀ ਚੋਣ ਸੀ ਉਹ ਅਸੀਂ ਲੜੇ ਸੀਗੇ, ਜਿਨ੍ਹਾਂ 'ਚ 15 ਵਾਰਡਾਂ ਦੇ ਵਿੱਚੋਂ 7.8% ਵੋਟ ਸਾਨੂੰ ਪਿਆ ਸੀਗਾ। ਉਸਨੂੰ ਆਧਾਰ ਬਣਾ ਕੇ ਅਸੀਂ ਜਿਹੜੀ ਇਹ ਚੋਣ ਲੜਨ ਜਾ ਰਹੇ ਹਾਂ ਅਤੇ ਅਸੀਂ ਇਹ ਚੋਣ ਦੇ ਵਿੱਚ ਜਿਹੜੇ ਇੱਥੋਂ ਦੇ ਲੋਕਲ ਮੁੱਦੇ ਨੇ ਉਹਨਾਂ 'ਤੇ ਅਸੀਂ ਗੱਲ ਕਰਾਂਗੇ, ਕਿਉਂਕਿ ਨੈਸ਼ਨਲ ਇਸ਼ੂਜ਼ 'ਤੇ ਚੰਡੀਗੜ੍ਹ ਦਾ ਹਮੇਸ਼ਾ MP ਜਿਹੜਾ ਚੁਣਿਆ ਗਿਆ ਹੈ ਉਹ ਨੈਸ਼ਨਲ ਇਸ਼ੂਜ਼ 'ਤੇ ਚੁਣਿਆ ਜਾਂਦਾ ਹੈ ਕਿ ਕੇਂਦਰ ਦੇ ਵਿੱਚ ਸਰਕਾਰ ਕਿਹਦੀ ਬਣ ਰਹੀ ਹੈ।
ਪਰ ਚੰਡੀਗੜ੍ਹ ਦੀ ਗੱਲ ਕੋਈ ਵੀ ਇੱਥੋਂ ਦਾ ਐਮਪੀ ਨੇ ਅੱਜ ਤੱਕ ਕਰੀ ਹੈ ਨਾ ਪਹਿਲਾਂ ਵਾਲਿਆਂ ਨੇ ਕਰੀ ਹੈ ਨਾ ਕਾਂਗਰਸ ਵਾਲਿਆਂ ਨੇ ਕਰੀ ਹੈ। ਚੰਡੀਗੜ੍ਹ ਦੇ ਇਸ਼ੂਜ਼ ਤੇ ਕੋਈ ਵੀ ਦਿੱਲੀ ਜਾ ਕੇ ਬੋਲਦਾ ਨਹੀਂ ਹੈ। ਅਸੀਂ ਜਿਹੜਾ ਹੈਗਾ ਇੱਥੇ ਦੇ ਜਿਹੜੇ ਮੁੱਦੇ ਨੇ ਲੋਕਲ ਪਿੰਡਾਂ ਦੇ ਮੁੱਦੇ ਨੇ, ਲਾਲ ਡੋਰੇ ਦਾ ਮੁੱਦਾ ਹੋ ਗਿਆ, ਲਾਲ ਡੋਰੇ ਦੇ ਬਾਹਰ ਕਨੈਕਸ਼ਨ ਨਹੀਂ ਮਿਲਦੇ, ਬਾੜੇ ਨੇ ਜਿਹੜੇ ਜਿੰਜਾ ਮੈਂ ਦੱਸਣਾ ਚਾਹੁੰਦਾ, ਬਾੜੇ ਨੰਬਰ ਨੇ ਜਿਨ੍ਹਾਂ ਦੇ ਮਾਲਕ ਪਿੰਡਾਂ ਵਾਲੇ ਨੇ ਉਹਨਾਂ ਨੂੰ ਪਾਣੀ ਦੇ ਕਨੈਕਸ਼ਨ ਨਹੀਂ ਮਿਲ ਰਹੇ, ਜਦਕਿ ਪਾਣੀ ਉਹ ਬਿੱਲ ਮੀਟਰ ਲਵਾਉਣਾ ਚਾਹੁੰਦੇ ਨੇ, ਫ੍ਰੀ ਨਹੀਂ ਵਰਤਣਾ ਚਾਹੁੰਦੇ, ਉਹਨਾਂ ਨੂੰ ਪਾਣੀ ਦੇ ਕਨੈਕਸ਼ਨ ਨਹੀਂ ਮਿਲ ਰਹੇ, ਬਿਲਡਿੰਗ ਬਾਇਲਾਜ ਨਹੀਂ ਇੱਥੇ ਦੇ ਅਮੈਂਡ ਕੀਤੇ ਜਾ ਰਹੇ, ਜਿਹੜੇ ਇੱਥੋਂ ਦੀ ਬੁਢਾਪਾ ਪੈਨਸ਼ਨ ਨਹੀਂ ਵਧੀ, ਵਿਧਵਾ ਪੈਨਸ਼ਨ ਨਹੀਂ ਵਧੀ, ਡਿਸੇਬਲ ਪੈਨਸ਼ਨ ਨਹੀਂ ਵਧੀ, ਕੋਈ ਸ਼ਗਨ ਸਕੀਮ ਨਹੀਂ ਲਾਗੂ, ਜਦਕਿ ਨਾਲ ਦੇ ਸੂਬਿਆਂ ਦੇ ਵਿੱਚ ਚਾਹੇ ਪੰਜਾਬ 'ਚ ਲਾ ਲਓ ਚਾਹੇ ਹਰਿਆਣਾ 'ਚ ਲਾ ਲਓ, ਪੰਜਾਬ ਦੇ ਵਿੱਚ ਜਦੋਂ ਸਾਡੀ ਸਰਕਾਰ ਹੁੰਦੀ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਸ਼ਗਨ ਸਕੀਮ ਚੱਲਦੀ ਸੀ, ਔਰ ਹੋਰ ਵੀ ਜਿਹੜੇ ਸ਼ਹਿਰ ਦੇ ਮੁੱਦੇ ਨੇ ਫਲੋਰ ਵਾਈਜ਼ ਜਿਹੜੀਆਂ ਇਹਨਾਂ ਨੇ ਰਜਿਸਟਰੀਆਂ ਬੰਦ ਕਰੀਆਂ ਹੋਈਆਂ ਨੇ, ਉਹ ਬਹੁਤ ਵੱਡਾ ਮੁੱਦਾ ਹੈ। ਹਾਊਸਿੰਗ ਬੋਰਡ ਦੇ ਜਿਹੜੇ ਮਕਾਨ ਹੈ ਇਹਨਾਂ ਨੂੰ ਨੋਟਿਸ ਆ ਜਾਂਦੇ ਨੇ, ਦੂਜੇ ਤੀਜੇ ਦਿਨ ਇਹਨਾਂ ਨੂੰ ਹਰਾਸ ਕੀਤਾ ਜਾਂਦਾ ਹੈ, ਜਿੱਥੋਂ ਦੀ ਵਾਦੀ 1.5 ਤੋਂ 2 ਲੱਖ ਜਿਹਨਾਂ ਦੀ ਵਾਦੀ ਹੈ, ਉਹ ਲੋਕ ਵੀ ਇਹਨਾਂ ਤੋਂ ਪਰੇਸ਼ਾਨ ਨੇ। ਕਲੋਨੀਆਂ ਦੇ ਮਾਲਕਾਨਾ ਹੱਕ ਦੀ ਗੱਲ ਕਰੀ ਸੀ ਇਹਨਾਂ ਨੇ, ਅੱਜ ਤੱਕ ਕਿਸੇ ਨੂੰ ਮਾਲਕਾਨਾ ਹੱਕ ਨਹੀਂ ਦਿਆ। ਕਿਰਾਏਦਾਰਾਂ ਤੋਂ 1,82,000 ਫਾਰਮ ਭਰਾਏ ਸੀ ਕਿ ਤੁਹਾਨੂੰ ਛੱਤ ਦੇਵਾਂਗੇ, ਕਿਸੇ ਨੂੰ ਕੁਛ ਨਹੀਂ ਦਿੱਤਾ। ਅਸੀਂ ਇਹਨਾਂ ਮਸਲਿਆਂ ਤੇ ਜਿਹੜੀ ਇਹ ਚੋਣ ਲੜਨ ਜਾ ਰਹੇ ਹਾਂ, ਤੇ ਮੈਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਇਹ ਹੁੰਗਾਰਾ ਮਿਲ ਰਿਹਾ ਹੈ, ਮੇਰੇ ਨੌਜਵਾਨ ਵੀਰ ਗੁਰਪ੍ਰੀਤ ਸਿੰਘ ਬੜੇੜੀ ਜਿੱਦਣ ਤੋਂ ਪ੍ਰਧਾਨ ਬਣੇ ਨੇ, ਇਹਨਾਂ ਦੀ ਮਿਹਨਤ ਸਦਕਾ ਜਿਹੜੇ ਇਹ ਸਾਰੇ ਯੂਥ ਹੈ ਉਹ ਜੁਆਇਨ ਕਰ ਰਿਹਾ ਹੈ। ਮੈਂ ਸਾਰੇ ਯੂਥ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਜਿਹੜਾ ਹੈ ਤੁਹਾਨੂੰ ਤੁਹਾਡੀ ਪਿੱਠ ਤੇ ਖੜਾਂਗੇ ਤੇ ਲੋਕਾਂ ਦੇ ਅਸੀਂ ਕੰਮ ਕਰਾਂਗੇ। ਅਸੀਂ ਕੰਮ ਜੇ ਮੈਂ ਤੀਜੀ ਵਾਰ ਲੋਕਾਂ ਨੇ ਮੈਨੂੰ ਚੁਣਿਆ ਹੈ, ਪਰਿਵਾਰ ਨੇ ਮੈਨੂੰ ਪਰਿਵਾਰ 'ਚ 5ਵੀਂ ਵਾਰ ਚੁਣਿਆ ਗਿਆ ਤਾਂ ਉਹ ਕੰਮਾਂ ਦੇ ਨਤੀਜਿਆਂ ਨਾਲ ਚੁਣਿਆ ਗਿਆ, ਨਹੀਂ ਇੱਕ ਥਾਂ ਤੋਂ 5 ਵਾਰ ਜਿੱਤਣਾ ਬੜਾ ਔਖਾ ਹੈ। ਇਸ ਕਰਕੇ ਅਸੀਂ ਉਸ ਏਜੰਡੇ ਨੂੰ ਉਹਨਾਂ ਕੰਮਾਂ ਨੂੰ ਅਸੀਂ ਸਾਰੇ ਚੰਡੀਗੜ੍ਹ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹਾਂ। ਜਿਹੜੀ ਚੰਡੀਗੜ੍ਹ ਦੀ ਜਨਤਾ ਤਰਾਈ ਤਰਾਈ ਕਰਦੀ ਹੈ, ਜਿਹਨੂੰ ਹੁਣ ਤੱਕ MP ਨਹੀਂ ਪਤਾ ਵੀ ਕਿੱਥੇ ਰਹਿੰਦਾ ਹੈ, ਕਿਸ ਤਰ੍ਹਾਂ MP ਨੂੰ ਮਿਲਣਾ ਹੈ। ਮੇਰਾ ਰਿਕਾਰਡ ਹੈ ਕਿ ਮੈਂ ਰੋਜ਼ 9 ਤੋਂ 11 ਸਵੇਰੇ ਆਪਣੇ ਆਫਿਸ 'ਚ ਬੈਠਦਾ, ਇਹੋ ਜਿਹੇ ਸੰਗਤ ਦਰਸ਼ਨ ਅਸੀਂ ਸਾਰੇ ਚੰਡੀਗੜ੍ਹ ਦੇ ਵਿੱਚ ਕਰਿਆ ਕਰਾਂਗੇ ਤੇ ਚੰਡੀਗੜ੍ਹ ਦੀ ਜਨਤਾ ਦੇ ਕੰਮ ਕਰਾਵਾਂਗੇ। ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਮੁੱਦੇ ਨੇ ਜਿਹੜੇ ਬਟਰੇਲਾ ਸਾਹਿਬ ਪ੍ਰਧਾਨ ਸਾਹਿਬ ਨੇ ਸਾਡੇ ਚੰਡੀਗੜ੍ਹ ਦੇ ਦੱਸੇ ਨੇ ਉਹਨਾਂ ਨੇ ਕਿ ਕਿਹੜੇ ਮੁੱਦਿਆਂ ਤੇ ਚੰਡੀਗੜ੍ਹ ਦੇ ਵਿੱਚ ਜਿਹੜੀ ਹੈ ਉਹ ਮੈਂਬਰ ਪਾਰਲੀਮੈਂਟ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਲੜੂਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਜਿਹੜਾ ਚੰਡੀਗੜ੍ਹ ਦਾ ਵੱਖਰਾ ਚੋਣ ਮੈਨੀਫੈਸਟੋ ਵੀ ਸਾਰੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਹ ਜਾਰੀ ਕਰਨਗੇ, ਤਾਂ ਕਿ ਜਿਹੜੀ ਚੰਡੀਗੜ੍ਹ ਦੀ ਜਿਹੜੀ ਹੈ ਰੁਕੇ ਹੋਏ ਕੰਮ ਨੇ ਜਾਂ ਚੰਡੀਗੜ੍ਹ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਵੀ ਹੱਲ ਕੀਤਾ